ਹੁਣ ਆਪਾਂ ਸਫਾਈ ਤੇ ਹੁੰਦੇ ਸਫਾਈ ਕਿੰਨੀ ਹੈ ਉੱਥੇ ਸਫਾਈ ਆਪਣੇ ਵਾਂਗੂ ਖਿਲਾ ਰਹੀ ਹੈ ਖਿਲਾ ਰਹੀ ਹੈ ਜਿੰਨਾ ਆਪਣੇ ਲਾਹੌਰ ਸ਼ਹਿਰ ਆਪਣੇ ਕਹਿ ਲਓ ਕਿ ਅੰਮ੍ਰਿਤਸਰ ਸਾਫ਼ ਹੈ ਜਾਂ ਜਲੰਧਰ ਸਾਫ਼ ਜੀ 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 ਇੰਨਾ ਹੀ ਲਾਹੌਰ ਸਾਫ਼ ਇਸ ਤੋਂ ਵੱਧ ਨਹੀਂ ਹੈ ਪਰ ਉਹਦੇ ਚ ਇੱਕ ਚੀਜ਼ ਹੋਰ ਹੈ ਉਹਨਾਂ ਨੇ ਆਪਾਂ ਜਿਵੇਂ ਕਹਿੰਦੇ ਨਾ ਹਾਈਵੇ ਬਣੇ ਆ ਉਹ ਜਿਵੇਂ ਆਪਣੇ ਇੱਥੇ ਬਣ ਵੀ ਰਹੇ ਮੋਟਰਵੇ ਨੇ ਉਹ ਮੋਟਰਵੇ ਚੀਨ ਨੇ ਬਣਾਏ ਨੇ ਉਹ ਬੜੇ ਬਿਲਕੁਲ ਪਾਣੀ ਵਾਂਗੂ ਗੱਡੀਆਂ ਉੱਤੇ ਜਾਂਦੀਆਂ ਅੱਛਾ ਜੀ ਤੇ ਉਹਨਾਂ ਦੇ ਆਲੇ ਦੁਆਲੇ ਸਫਾਈ ਬੜੀ ਵਧੀਆ ਹੈ ਬਾਕੀ ਸੜਕਾਂ ਦੇ ਉੱਪਰ ਬਿਲਕੁਲ ਇੰਜ ਹੀ ਗੰਦ ਆ ਅਸੀਂ ਉੱਥੇ ਗੁਰਦੁਆਰਾ ਸਾਹਿਬ ਗਏ ਫਾਰੂਕਾਬਾਦ ਹੈਗੀ ਜਗ੍ਹਾ ਉੱਥੇ ਗੁਰਦੁਆਰਾ ਸਾਹਿਬ ਸੀਗੇ ਜਿਸ ਜਗ੍ਹਾ ਦੇ ਉੱਪਰ ਵਣ ਵਣ ਦੇ ਹੇਠਾਂ ਗੁਰੂ ਸਾਹਿਬ ਜੀ ਸੁੱਤੇ ਸੀ ਕਹਿੰਦਾ ਉਹ ਵਣ ਵੀ ਉੱਥੇ ਹੈ ਸੋ ਉਹ ਗੁਰਦੁਆਰਾ ਸੀਗਾ ਜਿੱਥੇ ਕਹਿੰਦੇ ਨੇ ਨਾਗ ਨੇ ਛਾਂ ਕੀਤੀ ਸੀ ਗੁਰੂ ਸਾਹਿਬ ਨੂੰ ਤੇ ਉਸ ਪਿੰਡ ਦੇ ਵਿੱਚ ਜਿਉਂ ਹੀ ਅਸੀਂ ਵੜੇ ਤੇ ਮੇਰੇ ਨਾਲ ਦੋ ਮੁੰਡੇ ਸੀ ਇੱਕ ਤੇ ਹੋਈ ਸਲਮਾਨ ਢਿੱਲੋਂ ਸੀਗਾ ਇੱਕ ਉਹਦਾ ਫਰੈਂਡ ਸੀ ਹਾਏ ਜਿਉਂ ਜਿਉਂ ਅੰਦਰ ਜਾਵਾਂ ਮੈਂ ਕਿਹਾ ਵੇ ਮੁੰਡੇ ਉਹ ਤੁਹਾਡੇ ਫਾਰੂਕਾਬਾਦ ਦਾ ਕੀ ਹਾਲ ਹੈ ਤੇ ਮੁੰਡਾ ਇੱਕ ਫਾਰੂਕਾਬਾਦ ਦਾ ਰਹਿਣ ਵਾਲਾ ਸੀ ਉਹਨੂੰ ਮੈਂ ਕਿਹਾ ਬੇਟਾ ਤੇਰੇ ਪਿੰਡ ਦਾ ਕੀ ਹਾਲ ਹੈ ਇਹਨਾਂ ਨੂੰ ਤੁਸੀਂ ਕਦੇ ਸੋਚਿਆ ਨੀ ਮੈਂ ਇੰਨਾ ਡੰਪ ਹੈ ਉੱਥੇ ਗੁਰਦੁਆਰਾ ਹੈ ਗੁਰਦੁਆਰੇ ਦੇ ਸਾਹਮਣੇ ਖੁੱਲਾ ਕਿੱਲਾ ਮੇਰੇ ਖਿਆਲ 2 ਕਿੱਲੇ ਜ਼ਮੀਨ ਹੈ ਉਹਦੇ ਵਿੱਚ ਕਾਗਜ਼ ਹੀ ਕਾਗਜ਼ ਪਲਾਸਟਿਕ ਹੀ ਪਲਾਸਟਰ ਤੇ ਅਸੀਂ ਜਦੋਂ ਬਾਹਰ ਨਿਕਲ ਆਏ ਤੇ ਮੈਨੂੰ ਉਹਨਾਂ ਦਾ ਪ੍ਰਬੰਧਕ ਮਿਲਿਆ ਸੀਗਾ ਮੇਰੇ ਕੋਲ ਬਾਅਦ ਮੈਂ ਕਿਹਾ ਬੱਚੇ ਮੇਰੇ ਕੋਲ ਤੇ ਗਲਤੀ ਹੋ ਗਈ ਕਹਿੰਦੇ ਕਿ ਮੈਂ ਕਿਹਾ ਬੇਟੇ ਮੈਨੂੰ ਕਹਿਣਾ ਸੀਗਾ ਕਿ ਗੁਰਦੁਆਰੇ ਦਾ ਸਾਹਮਣਾ ਹੀ ਪਾਸ ਕਰਾ ਦੇ ਸਫਾਈ ਹੋ ਜਾਣੀ ਚਾਹੀਦੀ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਗੁਰਦੁਆਰੇ ਇੰਨੇ ਸ਼ਿੰਗਾਰੇ ਨੇ ਗੁਰਦੁਆਰਾ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਝਿੜੀ ਜਿਸੇ ਨਾ ਝਿੜੀ ਵਾਂਗੂ ਉਸੇ ਤਰ੍ਹਾਂ ਉਹਨਾਂ ਨੇ ਬਣਾਇਆ ਹੋਇਆ ਪਰ ਸਫਾਈ ਆਲੇ ਦੁਆਲੇ ਬਿਲਕੁਲ ਗੁਰਦੁਆਰਿਆਂ ਦੇ ਅੰਦਰ ਸ਼ੀਸ਼ੇ ਲੱਗੇ ਨੇ ਬਹੁਤ ਚਮਕ ਰਹੇ ਨੇ ਸੇਵਾਦਾਰ ਨੇ ਚਾਹ ਦਾ ਲੰਗਰ ਲੱਗ ਰਿਹਾ ਸੜਕਾਂ ਤੇ ਇਹੀ ਹਾਲ ਆ ਸੜਕਾਂ ਇੰਨੀਆਂ ਗੰਦੀਆਂ ਮੈਂ ਉਹਨੂੰ ਕਿਹਾ ਬੇਟੇ ਅਗਲੀ ਵਾਰੀ ਜਦੋਂ ਮੈਂ ਆਈ ਨਾ ਜੇ ਤੇਰੇ ਘਰ ਦੇ ਅੱਗੇ ਇਹੋ ਜਿਹਾ ਗੰਦ ਹੋਇਆ ਰਹੇ ਹੁਣ ਆਪਾਂ ਸਫਾਈ ਤੇ ਹੁੰਦੇ ਸਫਾਈ ਕਿੰਨੀ ਹੈ ਉੱਥੇ ਸਫਾਈ ਆਪਣੇ ਵਾਂਗੂ ਖਿਲਾ ਰਹੀ ਹੈ ਜਿੰਨਾ ਆਪਣੇ ਲਾਹੌਰ ਸ਼ਹਿਰ ਆਪਣੇ ਕਹਿ ਲਓ ਕਿ ਅੰਮ੍ਰਿਤਸਰ ਸਾਫ਼ ਹੈ ਜਾਂ ਜਲੰਧਰ ਸਾਫ਼ ਇੰਨਾ ਹੀ ਲਾਹੌਰ ਸਾਫ਼ ਇਸ ਤੋਂ ਵੱਧ ਨਹੀਂ ਹੈ ਪਰ ਉਹਦੇ ਚ ਇੱਕ ਚੀਜ਼ ਹੋਰ ਹੈ ਉਹਨਾਂ ਨੇ ਆਪਾਂ ਜਿਵੇਂ ਕਹਿੰਦੇ ਨਾ ਹਾਈਵੇ ਬਣੇ ਆ ਉਹ ਜਿਵੇਂ ਆਪਣੇ ਇੱਥੇ ਬਣ ਵੀ ਰਹੇ ਮੋਟਰਵੇ ਨੇ ਉਹ ਮੋਟਰਵੇ ਚੀਨ ਨੇ ਬਣਾਏ ਨੇ ਉਹ ਬੜੇ ਬਿਲਕੁਲ ਪਾਣੀ ਵਾਂਗੂ ਗੱਡੀਆਂ ਉੱਤੇ ਜਾਂਦੀਆਂ ਅੱਛਾ ਜੀ ਤੇ ਉਹਨਾਂ ਦੇ ਆਲੇ ਦੁਆਲੇ ਸਫਾਈ ਬੜੀ ਵਧੀਆ ਹੈ ਬਾਕੀ ਸੜਕਾਂ ਦੇ ਉੱਪਰ ਬਿਲਕੁਲ ਇੰਜ ਹੀ ਗੰਦ ਆ ਅਸੀਂ ਉੱਥੇ ਗੁਰਦੁਆਰਾ ਸਾਹਿਬ ਗਏ ਫਾਰੂਕਾਬਾਦ ਹੈਗੀ ਜਗ੍ਹਾ ਉੱਥੇ ਗੁਰਦੁਆਰਾ ਸਾਹਿਬ ਸੀਗੇ ਜਿਸ ਜਗ੍ਹਾ ਦੇ ਉੱਪਰ ਵਣ ਵਣ ਦੇ ਹੇਠਾਂ ਗੁਰੂ ਸਾਹਿਬ ਜੀ ਸੁੱਤੇ ਸੀ ਕਹਿੰਦਾ ਉਹ ਵਣ ਵੀ ਉੱਥੇ ਹੈ ਸੋ ਉਹ ਗੁਰਦੁਆਰਾ ਸੀਗਾ ਜਿੱਥੇ ਕਹਿੰਦੇ ਨੇ ਨਾਗ ਨੇ ਛਾਂ ਕੀਤੀ ਸੀ ਗੁਰੂ ਸਾਹਿਬ ਨੂੰ ਤੇ ਉਸ ਪਿੰਡ ਦੇ ਵਿੱਚ ਜਿਉਂ ਹੀ ਅਸੀਂ ਵੜੇ ਤੇ ਮੇਰੇ ਨਾਲ ਦੋ ਮੁੰਡੇ ਸੀ ਇੱਕ ਤੇ ਹੋਈ ਸਲਮਾਨ ਢਿੱਲੋਂ ਸੀਗਾ ਇੱਕ ਉਹਦਾ ਫਰੈਂਡ ਸੀ ਹਾਏ ਜਿਉਂ ਜਿਉਂ ਅੰਦਰ ਜਾਵਾਂ ਮੈਂ ਕਿਹਾ ਵੇ ਮੁੰਡੇ ਉਹ ਤੁਹਾਡੇ ਫਾਰੂਕਾਬਾਦ ਦਾ ਕੀ ਹਾਲ ਹੈ ਤੇ ਮੁੰਡਾ ਇੱਕ ਫਾਰੂਕਾਬਾਦ ਦਾ ਰਹਿਣ ਵਾਲਾ ਸੀ ਉਹਨੂੰ ਮੈਂ ਕਿਹਾ ਬੇਟਾ ਤੇਰੇ ਪਿੰਡ ਦਾ ਕੀ ਹਾਲ ਹੈ ਇਹਨਾਂ ਨੂੰ ਤੁਸੀਂ ਕਦੇ ਸੋਚਿਆ ਨੀ ਮੈਂ ਇੰਨਾ ਡੰਪ ਹੈ ਉੱਥੇ ਗੁਰਦੁਆਰਾ ਹੈ ਗੁਰਦੁਆਰੇ ਦੇ ਸਾਹਮਣੇ ਖੁੱਲਾ ਕਿੱਲਾ ਮੇਰੇ ਖਿਆਲ 2 ਕਿੱਲੇ ਜ਼ਮੀਨ ਹੈ ਉਹਦੇ ਵਿੱਚ ਕਾਗਜ਼ ਹੀ ਕਾਗਜ਼ ਪਲਾਸਟਿਕ ਹੀ ਪਲਾਸਟਰ ਤੇ ਅਸੀਂ ਜਦੋਂ ਬਾਹਰ ਨਿਕਲ ਆਏ ਤੇ ਮੈਨੂੰ ਉਹਨਾਂ ਦਾ ਪ੍ਰਬੰਧਕ ਮਿਲਿਆ ਸੀਗਾ ਮੇਰੇ ਕੋਲ ਬਾਅਦ ਮੈਂ ਕਿਹਾ ਬੱਚੇ ਮੇਰੇ ਕੋਲ ਤੇ ਗਲਤੀ ਹੋ ਗਈ ਕਹਿੰਦੇ ਕਿ ਮੈਂ ਕਿਹਾ ਬੇਟੇ ਮੈਨੂੰ ਕਹਿਣਾ ਸੀਗਾ ਕਿ ਗੁਰਦੁਆਰੇ ਦਾ ਸਾਹਮਣਾ ਹੀ ਪਾਸ ਕਰਾ ਦੇ ਸਫਾਈ ਹੋ ਜਾਣੀ ਚਾਹੀਦੀ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਗੁਰਦੁਆਰੇ ਇੰਨੇ ਸ਼ਿੰਗਾਰੇ ਨੇ ਗੁਰਦੁਆਰਾ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਝਿੜੀ ਜਿਸੇ ਨਾ ਝਿੜੀ ਵਾਂਗੂ ਉਸੇ ਤਰ੍ਹਾਂ ਉਹਨਾਂ ਨੇ ਬਣਾਇਆ ਹੋਇਆ ਪਰ ਸਫਾਈ ਆਲੇ ਦੁਆਲੇ ਬਿਲਕੁਲ ਗੁਰਦੁਆਰਿਆਂ ਦੇ ਅੰਦਰ ਸ਼ੀਸ਼ੇ ਲੱਗੇ ਨੇ ਬਹੁਤ ਚਮਕ ਰਹੇ ਨੇ ਸੇਵਾਦਾਰ ਨੇ ਚਾਹ ਦਾ ਲੰਗਰ ਲੱਗ ਰਿਹਾ ਸੜਕਾਂ ਤੇ ਇਹੀ ਹਾਲ ਆ ਸੜਕਾਂ ਇੰਨੀਆਂ ਗੰਦੀਆਂ ਮੈਂ ਉਹਨੂੰ ਕਿਹਾ ਬੇਟੇ ਅਗਲੀ ਵਾਰੀ ਜਦੋਂ ਮੈਂ ਆਈ ਨਾ ਜੇ ਤੇਰੇ ਘਰ ਦੇ ਅੱਗੇ ਇਹੋ ਜਿਹਾ ਗੰਦ ਹੋਇਆ ਰਹੇ ਕਹਿੰਦੇ